ਅੱਲੈਕੁਮ ਅਲਾਈਕਮ ਨਾਜ਼ਰੀਨ ਮੇਰਾ ਨਾਮ ਮੁਹੰਮਦ ਇਸ਼ਵਾਕਾ ਹੈ ਤੇ ਤੁਸੀਂ ਦੇਖ ਰਹੇ ਜੀ ਸਾਡਾ YouTube ਚੈਨਲ ਹੈ agri786 ਨਾਜ਼ਰੀਨ ਇਸ ਵੀਡੀਓ ਦੇ ਵਿੱਚ ਅਸੀਂ तमाम ਨਾਜ਼ਰੀਨ ਨੂੰ ਜਿਹੜਾ ਨਾ ਚੈਪਰ ਦੀ ਸੋਲ ਜਿਹੜੀ ਹੈ ਹਾਰਵੈਸਟਿੰਗ ਤੋਂ ਬਾਅਦ ਸਟਾਰਟ ਹੁੰਦੀ ਹੈ ਕਿ ਲੋਕ ਕੁਝ ਇਸ ਤਰ੍ਹਾਂ ਦੀ ਖਾਸ਼ ਕਰਦੇ ਨੇ ਕਿ ਅਸੀਂ ਤੁੜੀ ਵੀ ਬਣਾ ਲਈਏ ਤੇ ਹਾਰਵੈਸਟਰ ਦੇ ਨਾਲ ਗੰਨਾ ਵੀ ਜਲਦੀ ਕਟਾਈ ਕਰ ਲਈਏ ਤੇ ਚੈਪਰ ਦੀ ਸਹੂਲਤ ਵਾਸਤੇ ਸਾਡੇ ਨਾਲ ਭਾਈ ਮਾਜੂਦ ਸਿੰਘ ਸ਼ਬਾਨ ਸਾਹਿਬ ਔਰ ਇਹਨਾਂ ਨੇ ਚੈਪਰ ਦੀ ਇਸ ਟੈਮ ਸਹੂਲਤ ਜ਼ਿੰਮੇਦਾਰ ਹੁੰਦੇ ਰਹੇ ਨੇ ਤੇ ਅਸੀਂ ਸ਼ਬਾਨ ਭਾਈ ਕੋ ਜਿਹੜਾ ਨਾ ਇਹ ਸਹੂਲਤ ਦੇ ਬਾਰੇ ਵਿੱਚ ਮਜ਼ੀਦ ਮਾਲੂਮਾਤ ਤੁਹਾਨੂੰ ਦੋਸਤਾਂ ਤੱਕ ਆਗਾ ਕਰਾਂਗੇ ਅਸਲਾਮੁਅਲੈਕਮ ਸ਼ਬਾਨ ਭਾਈ ਵਅਲੈਕੁਮ ਸਲਾਮ ਜੀ ਸ਼ਬਾਨ ਭਾਈ ਤੁਸੀਂ ਕਿਦੋਂ ਤੋਂ ਇਹ ਸਿਸਟਮ ਸ਼ੁਰੂ ਕੀਤਾ ਹੈ ਅਸੀਂ ਜੀ ਇਹ ਕਰਤਾ 19 ਤੋਂ 2019 ਤੋਂ 2019 ਤੋਂ 2019 ਸਹੀ ਤੇ ਇਹ ਤੁਸੀਂ ਜ਼ਿਮੀਦਾਰ ਨੂੰ ਕੇ ਸਾਤਾ ਕੇ ਯਾਨੀ ਕਿੰਨੀ ਫੀ ਏਕੜ ਮਜ਼ਦੂਰੀ ਇਸ ਟਾਈਮ ਲੈ ਰਹਾ ਜੀ ਅਸੀਂ ਲੈ ਰਹੇ ਹਾਂ ਮਜ਼ਦੂਰੀ 7000 ਰੁਪਿਆ 7000 ਰੁਪਿਆ ਫੀ ਏਕੜ ਹਾਂ ਜੀ ਅਗਰ ਕੋਈ ਜ਼ਿਮੀਦਾਰ ਹੈ ਤੁਹਾਨੂੰ ਛੋਟੇ ਤੋਂ ਛੋਟਾ ਔਰ ਬੜੇ ਤੋਂ ਬੜਾ ਜ਼ਿਮੀਦਾਰ ਤੁਹਾਡੇ ਨਾਲ ਰਾਬਤਾ ਕਰਦਾ ਹੈ ਤੇ ਤੁਹਾਡਾ ਰਾਬਤਾ ਨੰਬਰ ਕੀ ਹੈ ਮੋਬਾਈਲ ਨੰਬਰ ਯਾਨੀ 03027044344 ਜ਼ੀਰੋ ਤਿੰਨ ਸੌ ਦੋ ਸੱਤਰ ਚੁਰਤਾਲੀ ਤਿੰਨ ਸੌ ਚੁਰਤਾਲੀ ਨਾਜ਼ਰੀਨ ਇਹਨਾਂ ਦਾ ਮੋਬਾਈਲ ਨੰਬਰ ਹੈ ਅਗਰ ਕੋਈ ਦੋਸਤ ਚੈਪਰ ਦੀ ਸਹੂਲਤ ਹਾਸਲ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਨਾਲ ਰਾਬਤਾ ਕਰ ਸਕਦਾ ਹੈ ਅਤੇ ਨਾਜ਼ਰੀਨ ਸ਼ੁਭਾਨ ਭਾਈ ਮਜ਼ੀਦ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਅਗਰ ਕੋਈ ਬੜਾ ਜ਼ਿੰਮੇਦਾਰ ਤੁਹਾਡੇ ਨਾਲ ਰਾਬਤਾ ਕਰਦਾ ਯਾਨੀ ਉਹਦੇ ਜ਼ਿਆਦਾ ਏਕੜ ਨੇ ਠੀਕ ਹੈ ਉਹਦੇ ਵਿੱਚ ਕੋਈ ਰਾਇਤ ਵੀ ਤੁਸੀਂ ਵਰਤੋਗੇ ਉਹਦੇ 'ਚ ਕੋਈ ਰਾਇਤ ਹੋ ਜਾਵੇਗੀ ਦੋ ਚਾਰ ਸੌ ਦੀ ਸਹੀ ਤੇ ਇਹ ਆਇਆ ਕਿ ਤੁਸੀਂ ਖੁਦ ਤੂੜੀ ਹੀ ਬਣਾਉਂਦੇ ਜੇ ਜਾਂ ਕਿ ਖੁਦ ਪਰਚੇਜ਼ ਕਰਕੇ ਤੇ ਤੂੜੀ ਬਣਾ ਕੇ ਲੈ ਜਾਂਦੇ ਜੇ ਅਸੀਂ ਤੂੜੀ ਵੀ ਬਣਾਣੇ ਆ ਵੈਸੇ ਵੀ ਜ਼ਿੰਮੇਦਾਰ ਵਾਸਤੇ ਜਾਂ ਠੇਕੇਦਾਰ ਵਾਸਤੇ ਤੇ ਸਿਆਪ ਵੀ ਲੈ ਕੇ ਬਣਾ ਤੇ ਲੈ ਜਾਣੇ ਆ ਅਗਰ ਤੁਸੀਂ ਖੁਦ ਨੜ ਜ਼ਿੰਮੇਦਾਰ ਕੋ ਖਰੀਦੋ ਤਾਂ ਕਿੰਨੇ ਦਾ ਮਤਲਬ 303500 ਦਾ 303500 ਦਾ ਨਾਜ਼ਰੀਨ ਅਗਰ ਤੁਸੀਂ ਹਾਰਵੈਸਟਿੰਗ ਤੋਂ ਬਾਅਦ ਤੁਸੀਂ ਕਹਿੰਦੇ ਜਾਨ ਛੁਡਾਣਾ ਚਾਹੁੰਦੇ ਜੇ ਤੇ ਭਾਈ ਸ਼ਬਾਨ ਸਾਹਿਬ ਨਾਲ ਰਾਬਤਾ ਕਰਕੇ ਤੁਸੀਂ ਜਨਾਬ ਉਹ 나ੜ ਸੇਲ ਕਰ ਸਕਦੇ ਜੇ ਔਰ ਖੁਦ ਤੂੜੀ ਬਣਾ ਕੇ ਲੈ ਜਾਣਗੇ ਲੇਕਿਨ ਅਗਰ ਤੁਸੀਂ ਤੂੜੀ ਵੀ ਖਰੀਦਣਾ ਚਾਹਦੇ ਜੇ ਇਹਨਾਂ ਕੋਲ ਤਾਂ ਫਿਰ ਵੀ ਇਹਨਾਂ ਨਾਲ رابطہ ਕਰਕੇ ਉਹ ਤੂੜੀ ਵੀ ਪਰਚੇਸ ਕਰ ਸਕਦੇ ਜੇ ਉਹ ਅਗਰ ਠੇਕੇਦਾਰ ਨੇ ਲਈ ਹੈ ਜਾਂ ਇਹਨਾਂ ਲਈ ਹੈ ਠੀਕ ਹੈ ਉਹ ਤੁਸੀਂ ਰਾਬਤਾ ਕਰਕੇ ਨਾਇਤ ਮਕੂਲ ਰੇਟ ਦੇ ਅੰਦਰ ਜਿਹੜਾ ਨਾ ਇਹਨਾਂ ਦਾ ਸਹਿ ਕਿ ਅਸੀਂ ਉਹ ਸੇਲ ਕਰਨੇ ਆ ਅਗਰ ਕਿਲੇ ਦੀ ਮਜ਼ਦੂਰੀ ਲਵਨ ਉਹ ਤੂੜੀ ਤੇ ਫਿਰ ਕਿੰਨੇ ਦੇ ਤੱਕ ਮਿਲ ਜਾਏਗੀ ਮਤਲਬ ਮਿਲ ਜਾ ਜੀ 15 ਹਜ਼ਾਰ ਦੀ ਟਰਾਲੀ 15 ਹਜ਼ਾਰ ਰੁਪਏ ਦੀ ਟਰਾਲੀ ਔਰ ਟਰਾਲੀ ਦਾ ਭਾਰ ਵਜ਼ਨ ਕਿੰਨਾ ਹੈ 30 ਮਾਣ 36 ਮਾਣ 30 ਤੋਂ 30 ਤੋਂ 28 28 ਤੋਂ 30 ਮਨ ਵਜ਼ਨ ਹੈ ਗਾਇ ਫੀ ਟਰਾਲੀ ਦੇ ਵਿੱਚ ਔਰ 15000 ਰੁਪਏ ਦੀ ਟਰਾਲੀ ਸੇਲ ਕਰਦੇ ਨੇ ਤਾਂ ਨਾਜ਼ਰੀਨ ਮੈਂ ਰਿਕਵੈਸਟ ਕਰਾਂਗਾ ਉਸ ਜ਼ਿੰਮੇਦਾਰਾਂ ਦੇ ਵਾਸਤੇ ਕਿ ਜਿਹੜੇ ਇਸ ਟਾਈਮ ਇਸ ਪਰੇਸ਼ਾਨੀ ਤੋਂ ਬੜਾ ਪਰੇਸ਼ਾਨ ਨੇ ਕਿ ਉਹ ਨਾੜ ਸੜਦੇ ਨੇ ਔਰ ਫਸਲ ਆਉਣ ਵਾਲੀ ਫਸਲ ਵਾਸਤੇ ਜਿਹੜੀ ਹੈ ਨਾ ਦਿੱਕਤ ਹੋ ਜਾਂਦੀ ਹੈ ਕਿ ਕਿਉਂਕਿ ਜ਼ਮੀਨ ਜਦੋਂ ਸੜਦੀ ਹੈ ਉਦੋਂ ਪੂਰੀ ਪੈਦਾਵਾਰ ਨਹੀਂ ਆਉਂਦੀ ਲਿਆਜ਼ਾ ਮੈਂ ਉਹਨਾਂ तमाम ਜ਼ਿੰਮੇਦਾਰਾਂ ਨੂੰ ਕਹਾਂਗਾ ਕਿ ਉਹ ਇਸ ਸਹੂਲਤ ਤੋਂ ਫਾਇਦਾ ਉਠਾਉਣ ਔਰ ਇਨਸ਼ਾਅੱਲਾ ਤੁਹਾਡੀ ਨੈਕਸਟ ਜਿਹੜੀ ਇਹ ਨਾੜ ਹੈ ਨਾ ਇਹ ਇੱਕ ਨਾਮਯਾਤੀ ਮਾਦੇ ਦਾ ਕੰਮ ਕਰਦਾ ਹੈ ਅਗਰ ਨਾੜ ਅਸੀਂ ਸਾੜਾਂਗੇ ਤੇ ਉਹ ਸਾਡੀ ਫਸਲ ਜਿਹੜੀ ਆਉਣ ਵਾਲੀ ਉਹ ਸਖਤ ਹੁੰਦੀ ਖਰਾਬ ਹੋਵੇਗੀ ਜ਼ਮੀਨ ਦੀ ਲਾਜ਼ਮ ਪੈਦਾਵਾਰ ਨਹੀਂ ਪੂਰੀ ਆਵੇਗੀ ਤੇ तमाम ਨਾਜ਼ਰੀਨ ਨੂੰ ਮੈਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਇਨਸ਼ਾਅੱਲਾ ਅਸੀਂ ਅਗਰ ਤੁਸੀਂ ਇਹ ਸਹੂਲਤ ਹਾਸਲ ਕਰਨਾ ਚਾਹੋ ਤੇ ਇਹਨਾਂ ਦੇ ਮੋਬਾਈਲ ਨੰਬਰ ਤੇ ਰਾਬਤਾ ਕਰ ਸਕਦੇ ਜੇ ਇਨਸ਼ਾਅੱਲਾ ਤੁਹਾਨੂੰ ਸਹੂਲਤ ਪ੍ਰੋਵਾਈਡ ਕੀਤੀ ਜਾਏਗੀ